जय गणपति। तू देख ला अपने हिसाब ना, जो करवाना तेन पता ही है। फेस कटे में कि अखा चे ते बाल बहुत पेंदे ना, तेनु पानी आंदा अखा चो कर दो। जैकेट पवाती ना 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 मैं प्यो आज शैंपू है चंगी तरह नहलाया जाऊगा बह गई अपनी जगह ते कंबर है मेरा पुत। ਹਾਂਜੀ ਬਾਬਿਓ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ। ਗੁੱਡ ਮਾਰਨਿੰਗ ਅਤੇ ਸਵਾਗਤ ਇੱਕ ਵਾਰ ਫਿਰ ਨਵੀਂ ਵੀਡੀਓ 'ਚ, ਨਵੇਂ ਬਲੌਗ 'ਚ। ਅਤੇ ਅੱਜ ਦਾ ਬਲੌਗ ਹੈਗਾ ਬਾਲਾ ਹੀ ਘੈਂਟ, ਬਸ ਜੁੜੇ ਰਹੋ। ਪਹਿਲਾਂ ਆਪਾਂ ਚੱਲੇ ਹਾਂ ਆਪਣੇ ਡੁੱਗੂ ਦੀ ਕਟਿੰਗ ਕਰਵਾਉਣ, ਠੀਕ ਹੈ ਜੀ। ਮੈਂ ਤੁਹਾਨੂੰ ਡੁੱਗੂ ਵੀ ਦਿਖਾਉਣਾ ਕੀ ਕਰਦਾ। ਕੱਲ੍ਹ ਉਹ ਦੇਖੋ ਮੈਂ ਫਲਾਵਰਸ ਲੈ ਕੇ ਆਇਆ ਅਤੇ ਗਮਲੇ ਵੀ ਲੈ ਕੇ ਆਇਆ ਨਵੇਂ ਥੋੜ੍ਹੇ ਜਿਹੇ। ਸ਼ੀਸ਼ੂ ਡੁੱਗੂ ਆ ਗਿਆ, ਮੇਰਾ ਡੁੱਗੂ ਪੁੱਤੂ ਰਿਹਾ ਡੁੱਗੂ ਮੇਰੇ ਸੋਹਣਾ ਕਾਕਾ। ਅੱਜ ਇਹਦੀ ਕਟਿੰਗ ਕਰਵਾਉਣ ਲੈ ਕੇ ਚੱਲਿਆ, ਉਹਦੀ ਕਟਿੰਗ ਕਰਵਾਉਣ ਚੱਲਿਆ। ਰੋਜ਼ ਨਲਾਈਦਾ ਇਹਨੂੰ ਅਤੇ ਗੰਦੀ ਬੜੀ ਛੇਤੀ ਹੋ ਜਾਂਦੀ ਹੈ। ਅਤੇ ਫੇਸ ਦੇਖੋ ਇਹਨੇ ਕਿੰਨਾ ਗੰਦਾ ਕੀਤਾ ਹੈ। ਮੈਂ ਕਿਹਾ ਇਹਦੇ ਜਿਹੜੇ ਹੇਅਰ ਕੱਟ ਕਰਾ ਦਈਏ, ਕਿਉਂਕਿ ਇਹਦੀ ਅੱਖਾਂ 'ਚ ਪ੍ਰੋਬਲਮ ਆਉਂਦੀ ਹੈ। ਉਹ ਦੇਖੋ ਫਿਰ ਇਹਦੇ ਪਾਣੀ ਨਿਕਲੀ ਜਾਂਦਾ ਅਤੇ ਬਾਲਾਂ ਆਹ ਦੇਖੋ ਆਹ ਜਿਹੜੇ ਪੈਰਾਂ ਕੋਲ ਬਾਲ ਆਏ ਵੇ, ਹੋਰ ਇਹਦੇ ਨੋਂ ਵੀ ਕਟਵਾ ਕੇ ਲਿਆਉਣੇ। ਚੱਲੋ ਮੈਮ, ਚੱਲੋ ਮੈਮ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ। ਜ਼ਿੰਦਗੀ ਚ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨੀ ਹਨਾ। ਤੇ ਹੁਣ ਇਹ ਵੀ ਮਾਇਰਾ ਵਰਗੀ ਆ, ਕਿਆ ਹੋਇਆ। ਤੇ ਵੈਸੇ ਅੱਜ ਨਾ ਆਪਾਂ ਮੋਗੇ ਜਾਣਾ ਹੈ, ਤੇ ਮੋਗੇ ਕਿਉਂ ਜਾਣਾ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਵਲੌਗ 'ਚ ਜੁੜੇ ਹੋ ਅੱਗੇ ਅੱਗੇ। ਪਹਿਲਾਂ ਇਹਦੀ ਕਟਿੰਗ ਕਰਵਾ ਲਈਏ, ਫਿਰ ਆ ਕੇ ਦੱਸਦੇ ਹਾਂ। ਕਹਿੰਦੇ ਗੱਭਰੂ ਤਿਆਰ ਹੋਈ ਫਿਰਦਾ ਅੱਜ, ਗੱਭਰੂ ਨੇ ਪੂਰੀ ਤੌੜ ਕੱਢੀ ਪਈ ਹੈ। ਮਾਇਰਾ ਬਾਏ ਕਰੋ, ਡੈਡੀ ਆਪਾਂ ਇਹਦੇ ਉਹ ਕਰਾਉਣ ਚੱਲੇ ਹਾਂ ਬਾਲ ਕਟਿੰਗ। ਪਤਾ ਕਿੰਨੇ ਦੀ ਹੈ ਕਟਿੰਗ ਇਹਦੀ? 700 ਰੁਪਏ ਦੀ। ਲੈ ਡੈਡੀ ਕਹਿੰਦਾ ਹੁਣ ਖਰਚਾ ਛੇੜ ਤਿਆ। ਮੈਂ ਤੈਨੂੰ ਪਹਿਲਾਂ ਦੇਖਿਆ ਕਿਤੇ, ਦੇਖਿਆ ਕਿਤੇ ਪਰ ਚੰਗੀ ਤਰ੍ਹਾਂ ਯਾਦ ਜਾਣਾ ਆਵੇ। ਡੈਡੀ ਮੈਂ ਤੈਨੂੰ ਕਿੱਥੇ ਦੇਖਿਆ? ਚਲੋ ਅਗਰ ਬਾਈ ਜੀ। ਹਾਂਜੀ ਬਾਈ ਜੀ, ਕੀ ਹਾਲ ਹੈ? ਕੱਢਣੀ ਹੈ ਕਿਆ? ਹਾਂ ਕੱਢਣੀ ਹੈ ਵੀਰ ਜੀ। ਕੱਢੋ ਫਿਰ, ਤੁਸੀਂ ਅੱਗੇ ਕਰੋਗੇ ਤਾਂ ਹੀ ਕੱਢੂੰਗਾ। ਚਲੋ ਚੱਲੀਏ ਡੈਡੀ, ਚਲੋ ਸਭ ਨੂੰ ਯਾਰ ਚਲੋ ਤਾਂ ਬਾਅਦ ਮੈਂ ਗਈ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚਲੋ ਲਓ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸ਼ਹਿਰ ਮੋਹਾਲੀ। ਬਾਬੇ ਇੱਧਰ ਹੈਗਾ ਵੇਰਕਾ ਬੂਥ, ਮਤਲਬ ਕਿ ਵੇਰਕਾ ਮਿਲਕ ਪਲਾਂਟ, ਜਿੱਥੇ ਮੈਂ 5-6 ਮਹੀਨੇ ਕੰਮ ਕੀਤਾ ਹੈ। ਮਤਲਬ ਕਿ ਬਹੁਤ ਮਿਹਨਤ ਵਾਲਾ ਕੰਮ ਹੈ। ਅਤੇ ਬਾਬੇ ਉਹ ਬਹੁਤ ਸਟਰਗਲ ਕੀਤੀ ਹੈ ਜ਼ਿੰਦਗੀ 'ਚ, ਬਸ ਕਈਆਂ ਨੂੰ ਐਂ ਦਿਖਦਾ ਹੈ। ਆਹੋ ਦੇਖੋ ਬਾਬੇ, ਉਹ ਉੱਥੇ ਗੱਡੀਆਂ ਖੜੀਆਂ ਨਾ, ਉੱਥੇ ਮੈਂ ਦੁੱਧ ਲੋਡ ਕਰਿਆ ਕਰਦਾ ਸੀ ਗੱਡੀਆਂ 'ਚ। ਗੰਦੀ ਆ ਰਹੀ ਨਾ ਇੱਥੋਂ? ਬਹੁਤ ਗੰਦੀ ਆਉਂਦੀ ਹੈ, ਉਹ ਦੁੱਧ ਕਰਕੇ ਆਉਂਦੀ ਹੈ ਨਾ, ਦੁੱਧ ਦੀ ਰਿਪੇਅਰ ਹੁੰਦੀ ਹੈ, ਉਹਨੂੰ ਫੈਂਟੀ ਜਾਂਦੇ ਹਾਂ, ਫੈਂਟੀ ਜਾਂਦੇ ਹਾਂ ਉਹਦੇ ਕਰਕੇ। ਆਪਾਂ ਪਹੁੰਚ ਗਏ, ਇਹ 32D ਦੇ ਵਿੱਚ ਹੈ ਪੈਟ ਸ਼ੋਪ ਪਤੰਜਲੀ ਦੇ ਉੱਪਰ। ਡੁੱਗੂ ਤਿਆਰ ਹੋ ਜਾ ਹੁਣ, ਠੀਕ ਹੈ, ਤੇਰੀ ਕਟਿੰਗ ਹੋਊਗੀ। ਮੇਰੇ ਤੋਂ ਪਹਿਲਾਂ ਹੀ ਪਹੁੰਚ ਗਈ ਤੂੰ ਤਾਂ। ਉਹਦੇ ਲਹਿੰਗੇ ਵੀ ਮਿਲਦੇ, ਕਿੱਡੇ ਖਤਰਨਾਕ। ਤੂੰ ਦੇਖ ਲੈ ਆਪਣੇ ਹਿਸਾਬ ਨਾਲ, ਜੋ ਕਰਵਾਉਣਾ ਤੈਨੂੰ ਪਤਾ ਹੀ ਹੈ। ਫੇਸ ਕੱਟੇ ਨੂੰ ਕਿ ਅੱਖਾਂ 'ਚ ਇਹਦੇ ਵਾਲ ਬਹੁਤ ਪੈਂਦੇ ਨਾ, ਤੈਨੂੰ ਪਾਣੀ ਆਉਂਦਾ ਅੱਖਾਂ 'ਚ, ਉਹ ਕਰ ਦਿਓ। ਇੱਥੇ ਡੋਗਸ ਦਾ ਸਾਰਾ ਸਮਾਨ ਮਿਲਦਾ ਬਾਬੇ, ਆਹ ਦੇਖ ਦਿਓ, ਪਟੇ ਹਰ ਤਰ੍ਹਾਂ ਦੇ। ਅਸੀਂ ਮੋਹਾਲੀ ਤੋਂ ਜੀ। ਮੋਹਾਲੀ ਤੋਂ? ਹਾਂਜੀ। ਸ਼ੈਂਪੂ ਸ਼ੈਂਪੂ ਵੀ ਮਿਲਦੇ ਜੀ ਆਪਣੇ ਕੋਲ ਸਾਰਾ, ਦੇਖ ਸਕਦੇ ਬਾਬੇ ਤੁਸੀਂ। ਆ ਗਿਆ ਜੀ ਇੱਕ ਮਿੰਟ। ਹਾਂ 500
ਵਾਸ਼ਿੰਗ ਦੇ ਆ। ਅੱਛਾ ਠੀਕ ਹੈ। ਇੱਥੇ ਮਤਲਬ ਕੀ ਆ ਬਣਾਇਆ ਹੋਇਆ ਟੱਬ ਜਾ ਹਨਾ ਜੁਗੂ ਜੁਗੂ खराब ना कर दी मेरा वीर सोहना लगे जुग डर रहा पीछे पीछे से पकड़ो इसको। ਉਹਦੇ ਬਾਲਾਂ ਕਰਕੇ ਨਾ ਇਹਨੂੰ ਪ੍ਰੋਬਲਮ ਆਉਂਦੀ ਸੀ ਹਨਾ। ਨਾ ਦੁੱਗੂ ਨੋ ਬੇਟਾ ਡਰਦੀ ਹੈ। ਗੁੱਡ ਗਰਲ ਲੋ ਜੀ ਇਹਦੀ ਕਟਿੰਗ ਕਰਵਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਐਂਡ ਚ ਫਾਲੋ ਨੂੰ ਪਿੱਛੇ ਨਾ ਮੈਂ ਇਹਨੂੰ ਫੜ ਲਵਾਂ ਬਾਅਦ ਚ ਕਰਦੇ ਆ ਮਲੋ। ਵੀਰੇ ਇਹ ਕਿਹੜਾ ਡੌਗ ਹੈ? ਬੀਗਲ ਹੈ। हेलो एहे बड़ा है लैब्राडोर स्कूबी आर ड्यू क्या ये कितने दा वीरे वैसे जे परचेस करना होवे 15-1000 मिल जाए। एक ओदी ड्रेस मिल जूगी जी अपने दिखाओ जी केड़ी केड़ी है आप अभी के ड्रेस भी ले लेनी हो कोई बढ़िया जी बाहर ही ले नहीं नहीं वो दूसरे तो ड्रेस देखिए ये हां हां ठंड तो दिखाई ए हां देखो हमें कितना प्यारा लग रहा है। यो नो यो इधर नेल भी कटवाते भाई कहता है इनू वॉश रोज नहीं करना होता एक बार नहाना होता 3 मिनट टाइम का होता है कितना टाइम का टाइम मंथ का दुकान तो पहला क्लिनिक प्लस नहा लगे मैं जैकेट पाती ना 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 डुगू डुगू सारा कुछ मिलता बाई को बाला करके ना अखा चो आई जाते उथरू जैकेट पवाती पाले 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 ठंड तो पाले 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 थले छे उरिया डुगू ए उरे आ जा हो गई काके दी ते उदे जोगी चीजी भी ले ली बिस्किट हुण आपां चलदे आं घर नूं। डैडी किवें लगी इहदी कटिंग? दो या चार मतलब रोज दे
जिन्ने खा सके उन्ने पाते। चलिए फिर चलो। हाँ जी हाँ जी चले बस चले। पार्किंग नहीं लान बंदे उधर। आ गाड़ी तो देख के ऐसा लगता है जैसे बाहर ले देश को मदे होने हैं ना। ये पार्सल वाली बस है बाबू पार्सल वाली। ਇਹਦੇ ਗੋਪੀ ਸਾਹਿਬ ਸਾਨੂੰ ਇੱਥੇ ਲੱਭਦਾ ਸੀ। ਹੋਰ ਗੋਪੀ ਵਧੀਆ ਹੀ ਵਧੀਆ। ਚੱਲੀ ਫਿਰ ਮੋਗੇ ਦੇਖ ਲੈਂਦੇ ਆ ਪਰ ਦੂਰ ਬਹੁਤ ਹੈ ਯਾਰ। ਕੋਈ ਨਹੀਂ ਤਾਂ ਕਿਹੜਾ ਤੁਰ ਕੇ ਜਾਣਾ ਕਿ ਨਹੀਂ ਬਾਈ। ਹੁਣ ਬਸ ਤਿਆਰ ਹੋ ਕੇ ਅਸੀਂ ਬਹਿ ਜਾਣਾ ਫਿਰ ਜੋਤੀ ਭੈਣ ਅਤੇ ਪੂਜਾ ਭੈਣ ਉਹਨਾਂ ਨੇ ਆ ਜਾਣਾ ਅਤੇ ਫਿਰ ਆਪਾਂ ਇੱਥੋਂ ਨਿਕਲ ਜਾਣਾ ਮੋਗੇ ਵੱਲ ਨੂੰ। ਗੱਭਰੂ ਸਾਹਿਬ ਤਾਂ ਤਿਆਰ ਹੋ ਗਏ ਨੇ ਰੋਟੀ ਖਾਈ ਜਾਂਦੇ ਨੇ। ਆਲੂ ਗੋਭੀ ਆ ਜਾਓ ਇੱਧਰ ਮਾਇਰਾ ਦੀ ਚੱਲ ਰਹੀ ਹੈ ਖਾਣ ਪੀਣ ਵਾਲੀ ਪਰ ਖਾਂਦੇ ਪੀਂਦੇ ਹੋਏ ਬਹੁਤ ਨਖਰੇ ਕਰਦੀ ਹੈ। ਚੁੱਪ ਮਾਮਾ ਆ ਖੜਿਆ ਮਾਮਾ ਤੇਰਾ ਆ ਦਾਦੂ ਆ ਤੇਰੀ ਭੈਣ ਇਹਨੂੰ ਨਲਾ ਦਿੰਦੇ ਹਨ। ਮੈਂ ਕਹਿੰਦਾ ਰਹਿਣ ਦੇ ਸੋਹਣੀ ਤਾਂ ਲੱਗ ਰਹੀ ਹੈ। ਬਾਲ ਬਹੁਤ ਲੱਗ ਰਹੇ ਆ ਕੱਪੜਿਆਂ ਨੂੰ। ਸ਼ੈਂਪੂ ਕਿੱਥੇ ਇਹਦਾ? ਉੱਥੇ ਸਿੰਕ ਤੇ ਹੀ ਪਿਆ। ਚਲੋ ਜੀ ਹੁਣ ਇਹਨੂੰ ਨਲਾਣੇ ਆ ਆਪਾਂ। ਚਲ ਆਇਆ ਪਾਣੀ ਕੋਸੇ ਹੁਣ ਲਾ ਦੋ। ਚਲੋ ਬਾਬਿਓ ਆ ਇਹਦਾ ਸ਼ੈਂਪੂ ਹੈ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਨਲਾਇਆ ਜਾਊਗਾ। ਅਸੀਂ ਦੋਨੋਂ ਫੜ ਕੇ ਇਹਨੂੰ ਐਨ ਵਧੀਆ ਤਰੀਕੇ ਨਾਲ ਚਮਕਾ ਦੇਣਾ ਕਿਉਂਕਿ ਇਹਦੇ ਬਾਲ ਬਹੁਤ ਲੱਗ ਰਹੇ ਸੀ ਸਾਡੇ। ਇੰਨਾ ਲਾਣਾ ਭਾਜਣਾ ਕੁੱਕੀ ਬਣ ਗਈ ਹੱਡੀ ਐਲਾਨ ਇਹ ਤਾਂ ਲੱਗਦਾ ਜਦੋਂ ਬਿੱਲੀ ਦਾ ਬੱਚਾ ਨਹੀਂ ਜਦੋਂ ਨਵੇਂ ਨਵੇਂ ਪੈਦਾ ਹੀ ਹੁੰਦੇ ਆ। ਮੇਰਾ ਤਾਂ ਕਾਰਟੂਨ ਹੈ। ਗੰਦੀ ਉਹ ਬੜੀ ਜਿੱਤੀ ਹੁੰਦੀ ਹੈ ਹੱਲੇ ਉਹਦਾ ਬਾਜਾ ਵੱਜਣਾ। ਇਹਦਾ ਮੂੰਹ ਸਾਫ਼ ਕਰੋ ਨੱਕ ਕੋਲ ਜ਼ਿਆਦਾ ਗੰਦੀ ਹੈ ਨਾ ਬਾਈ ਜੀ। ਇਹ ਰੱਖਣੇ ਕਿਤੇ ਸੌਖੇ ਬੱਚਿਆਂ ਵਾਂਗਣਾ ਪਾਲਣਾ ਪੈਂਦਾ ਇਹਨਾਂ ਨੂੰ। ਪਹਿਲਾਂ ਮੇਰੀ ਕੁੜੀ ਵਾਸਤੇ ਕਮੈਂਟ ਕਰਦੇ ਹੁੰਦੇ ਸੀ। ਇੱਕ ਨੇ ਕਮੈਂਟ ਕਰਿਆ ਕਹਿੰਦਾ ਪਹਿਲਾਂ ਡੈਡੀ ਨੂੰ ਕੁੜੀ ਚੁਕਾਈ ਰੱਖਦੇ ਸੀ ਹੁਣ ਕੁੱਤਾ ਚੁਕਾਈ ਰੱਖਦੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ। ਪਾਣੀ ਗਰਮ ਨਹੀਂ ਸੀ ਅੱਜ? ਠੀਕ ਆ ਪਾਣੀ ਤਾਂ ਪਿਛਲੀਆਂ ਦਾ ਬਹੁਤ ਠੰਡਾ ਸੀਗਾ। ਬਾਬੇ ਉਹ ਸਾਡੇ ਬਾਲ 100 ਰੁਪਏ ਵਿੱਚ ਕੱਟ ਜਾਂਦੇ ਆ ਹਨਾ ਹਨਾ ਗੋਪੀ। ਵੱਧ ਤੋਂ ਵੱਧ 150 ਰੁਪਏ ਲੱਗ ਜਾਂਦਾ ਜੇ ਆਪਾਂ ਮਾੜੀ ਦਾੜੀ ਉੜੀ ਵੀ ਸੈੱਟ ਕਰਾ ਲਈਏ ਨਾ। ਦੇਖ ਲਓ ਇਹਦੇ ਨਾ ਉਹਨੇ ਗਿਣ ਕੇ 4 ਕੈਂਚੀਆਂ ਮਾਰੀਆਂ ਮੇਰੇ ਹਿਸਾਬ ਨਾਲ ਹੱਦ ਚੱਲ 6 ਵੱਜ ਗਈਆਂ ਹੋਣਗੀਆਂ ਕੈਂਚੀਆਂ। ਉਹਨੇ 500 ਰੁਪਏ ਲੈ ਲਿਆ। ਮੈਂ ਹੈਰਾਨ ਹੋ ਗਿਆ। ਹੁਣ ਚਲੇ ਗਏ ਸੀ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਇੰਨੇ ਪੈਸੇ ਲੱਗਦੇ ਆ ਅਤੇ ਗੋਪੀ ਕਹਿੰਦਾ ਸਰਕਾਰੀ 'ਚ ਘੱਟ ਲੱਗਦੇ ਆ। ਮੈਂ ਤੂੰ ਪਹਿਲਾਂ ਦੱਸ ਦਿੰਦਾ ਮੈਨੂੰ ਦੱਸਿਆ ਤੁਸੀਂ ਇਹ ਚੱਲੇ ਆ ਸਲਾਹ ਲਈ ਨਹੀਂ ਕਿਸੇ ਦੀ। ਹੁਣ ਉੱਥੇ ਯਾਰ ਬੈਠੀ ਗਏ ਸੀ ਉਹਨੇ ਕੈਂਚੀਆਂ ਚਲਾਤੀਆਂ ਸੀ ਸਾਨੂੰ ਥੋੜ੍ਹੀ ਪਤਾ ਸੀ ਇੰਨੇ ਪੈਸੇ ਮੰਗੂਗਾ। ਉਹ ਵੀ ਇਕੱਲੇ ਫੇਸ ਤੋਂ ਕੱਟ ਕਰਾਇਆ ਕਹਿੰਦਾ ਸਾਰੀ ਕਟਿੰਗ ਕਰਾਉਣੀ ਆ ਭਾਅ ਜੀ। ਮੈਂ ਵੀਰੇ ਹੱਥ ਜੜਾ ਲਿਆ ਤੂੰ ਸਾਨੂੰ ਜਾੜ ਦੇ ਭਰਾ ਬੜਿਆ ਅਸੀਂ ਘਰੇ ਕੈਂਚੀ ਲੈ ਕੇ ਕੱਟ ਦਾਂਗੇ ਸਾਨੂੰ ਨਹੀਂ ਲੋੜ ਹੈਗੀ ਘਰੇ ਨਹੀਂ। ਚੱਲ ਕੋਈ ਗੱਲ ਨਹੀਂ ਉਹਦਾ ਲੇਖਾ ਇਹ ਕਹਿੰਦੇ ਨਹੀਂ ਲੇਖਾ ਦੇਣਾ ਹੁੰਦਾ ਆਪਾਂ ਕਿਸੇ ਨਾ ਕਿਸੇ ਦਾ। ਡੈਡੀ ਕਹਿੰਦਾ ਵੀ ਹਾਂ ਡੈਡੀ ਡੈਡੀ ਨੂੰ ਜਦੋਂ ਮੈਂ ਦੱਸਿਆ ਨਾ ਗੱਡੀ 'ਚ ਆ ਕੇ ਡੈਡੀ ਕਹਿੰਦਾ ਆਪਾਂ ਕਿਸੇ ਦਾ ਦੇਣਾ ਦੇਣਾ ਉਹਨਾਂ ਨੂੰ ਲੇਖਾ ਦੇਣਾ ਹੋਊਗਾ ਨਾ ਡੈਡੀ ਐਂ ਕਿਹਾ ਸੀ। 500 ਤੋਂ 600 ਪੈ ਗਏ 200 ਤੋਂ ਗੱਡੀ ਵੀ ਤੇਲ ਖਾ ਗਈ 100 ਦਾ ਫਿਰ ਸਾਨੂੰ ਲੱਭਿਆ ਨਾ ਉੱਥੇ ਇੰਨੀ ਪਤਾ ਨਹੀਂ ਕਿੱਥੇ ਜੇ ਸੀ ਇੰਨੀ ਲੋਕੇਸ਼ਨ ਤੁਹਾਨੂੰ ਪਤਾ ਹੀ ਲੋਕੇਸ਼ਨ ਇੱਧਰ ਉੱਧਰ ਵਾੜ ਦਿੰਦੀ ਆ। ਸਭ ਤੋਂ ਵਧੀਆ ਡਾਕਟਰ ਹੈਗਾ 21 ਸੈਕਟਰ 'ਚ ਲੋ
ਚਲੋ ਹੁਣ ਕੋਈ ਚੱਕਰ ਨੀ, ਹੁਣ ਪੈਸੇ ਬਚ ਜਾਇਆ ਕਰਨਗੇ ਤੇ ਆ ਦੇਖ ਲਓ ਇੱਧਰ
ਮਾਇਰਾ ਤਿਆਰ ਹੋ ਕੇ ਬੈਠੀ ਆ ਆ ਚੀਜ਼ੀ ਖਾਈ ਜਾਂਦੀ ਆ ਇਹਦੇ ਆ ਫੇਵਰੇਟ ਆ ਜ਼ਿਆਦਾ ਨਹੀਂ ਖਾਣੇ ਦੰਦ ਖਰਾਬ ਹੋ ਜਾਣਗੇ ਦੰਦ ਹੈਗੇ ਤੇਰੇ ਹੈ ਦਾਸ਼ੀ ਬਹੁਤ ਖਰਾਬ ਹੋ ਗਈ ਕੰਬਰੀ ਆ ਇਹਨੂੰ ਛੱਡ ਦੇ ਤੂੰ ਪਾ ਨਹੀਂ ਰਹੀ ਤੂੰ ਇਹਦੀ ਕੰਗੀ ਵੀ ਕਰਤੀ ਆ ਉਹਦੇ ਛੱਡ ਦੇ ਨੂੰ ਨਹੀਂ ਨਹੀਂ ਗਿੱਲੀ ਆ ਹਲਕੀ ਹਲਕੀ ਚਲ ਕੋਈ ਗੱਲ ਨਹੀਂ ਉਹਨੇ ਆਪਣੇ ਆਪ ਹੀ ਝਾੜ ਝਾੜ ਕੇ ਪਿੰਡਾ ਸੁਕਾ ਲੈਣਾ ਚਲ ਉਹਨੇ ਉੱਥੇ ਬਹਿ ਜਾਣਾ ਉਹ ਬਹਿ ਗਈ ਆਪਣੀ ਗੱਦੀ ਤੇ ਉਹ ਕੰਧੇ ਤੇ ਬਿਠਾ ਦੇ ਥੋੜੀ ਦੇਰ ਨਹੀਂ ਬੈਰੀ ਉਹ ਪਲਕ ਬਹਿ ਗਈ ਆਪਣੀ ਜਗ੍ਹਾ ਤੇ ਕੰਬ ਰਿਹਾ ਮੇਰਾ ਪੁੱਤ ਓਏ ਕੰਬਦਾ ਪਿਆ ਸੀ ਚਾਚੂ ਨੂੰ ਵੀ ਖਵਾ ਲੈ ਆ ਲੈ ਬਿਸਕਿਟ ਖਾ ਲੈ ਖਾਣਾ ਨਹੀਂ ਖਾਦੇ ਜਾ ਰਹੇ ਇਹਨੂੰ ਬਾਹਰ ਇੱਥੇ ਧੁੱਪੇ ਦਾ ਬਿਸਤਰਾ ਹੀ ਧੁੱਪੇ ਦਾ ਉਹ ਜਦ ਰੋਟੀ ਕਿਲੋ ਕੁਛ ਪਾਣੇ ਦੁੱਧ ਪਾਣੇ ਕੁਛ ਪਾ ਦੇ ਹਾੜੀ ਬਹੁਤ ਹੈ ਬਾਬਾ ਯਾਰ ਇਹ ਕਿਵੇਂ ਖਾਊਗੀ ਇਹ ਤਾਂ ਛੋਟੇ ਛੋਟੇ ਦੰਦ ਹੈ ਇਹ ਖਾ ਲੈ ਪਰ ਉੱਥੇ ਪਾ ਦੇ ਕਰ ਮੈਂ ਤਾਂ ਲਾ ਕਿਵੇਂ ਬਹਿ ਗਈ ਆਲੇ ਪੁੱਤਾ ਕੰਮ ਭਈ ਨੂੰ ਤੂੰ ਪਾਸ ਕਰ ਦੇ ਬਾਉਲੇ ਰੱਖ ਦੇ ਆਲੇ ਡਰਾਇਰ ਹੈ ਨਹੀਂ ਡਰਾਇਰ ਮਾਰ ਦੇ ਬੜੀ ਜੀ ਕੰਮ ਆਲੇ ਫੜ ਚੀਜ਼ ਜੀ ਖਾ ਲੈ ਕੰਮ ਭਰੀ ਹੈ ਦੇਖੀ ਫੜ ਜਾਣਾ ਕੰਮ ਹਾਂ ਕਹਿੰਦੇ ਮੈਨੂੰ ਥੱਲੇ ਤਾਰੋ ਉੱਪਰ ਹੀ ਬੈਠੀ ਰਹਿ ਨੱਕ ਦੇ ਕੇ ਮੈਨੂੰ ਲਵੇੜਾ ਬਿਸਕਿਟ ਨਾਲ ਉੱਪਰ ਬਹਿ ਜਾ ਪੁੱਤ ਮੈਂ ਚਾਚੂ ਨਾ ਤੇਰਾ ਫੇਵਰਟ ਕੱਲ ਥੱਲੇ ਤਾਰ ਦੇ ਤੇਰਾ ਫੇਵਰਟ ਚਾਚੂ ਨਹੀਂ ਮੈਂ ਤੇਰਾ ਫੇਵਰਟ ਚਾਚੂ ਨਾ ਮੈਂ ਕੋਣ ਹੈ ਮੈਂ ਤੇਰਾ ਫੇਵਰਟ ਚਾਚੂ